ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰੇ ਸੂਟਸ ਆ ਜਿਹੜੇ ਦਿਖਾ ਰਹੇ ਹਾਂ। ਸੋ ਇਹ ਬਿਲਕੁਲ ਨਿਊ ਡਿਜ਼ਾਈਨ ਹੈਗੇ ਆ, ਜੋ ਵੀ ਤੁਹਾਨੂੰ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਊਂਗੀ ਨਾ ਨਿਊ ਡਿਜ਼ਾਈਨ ਦੇ। ਸੋ ਇਹ ਰੈਡੀ ਹੈਗੇ ਆ, ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਪਿੱਕ ਕਰ ਸਕਦੇ ਹੋ, ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਜਲਦੀ ਹੈਗੀ ਆ। ਔਰ ਸਾਰੇ ਸਾਨੂੰ ਮੈਸੇਜ ਕਰ ਰਹੇ ਆ ਕੁਛ ਨਵਾਂ ਦਿਖਾਓ, ਸੋ ਉਹਨਾਂ ਲਈ ਇਹ ਡਿਜ਼ਾਈਨ ਆ ਜਿਹੜੇ ਅਸੀਂ ਸਾਰਿਆਂ ਲਈ ਬਣਾ ਰਹੇ ਹਾਂ। ਐਕਚੁਅਲੀ ਸਾਰਾ ਜਿਹੜਾ ਆਪਾਂ ਟੋਟਲੀ ਸਟੋਕ ਹੈਗਾ ਬਿਲਕੁਲ ਨਿਊ ਲੈ ਕੇ ਆਵਾਂਗੇ ਅੱਗੇ ਤੋਂ, ਸਾਡੇ ਜਿਵੇਂ ਜਿਵੇਂ ਹੀ ਬਣ ਰਹੇ ਆ, ਨਾਲ ਨਾਲ ਅਸੀਂ ਆਰਡਰ ਵੀ ਤਿਆਰ ਕਰ ਰਹੇ ਹਾਂ, ਨਾਲ ਨਾਲ ਅਸੀਂ ਨਿਊ ਡਿਜ਼ਾਈਨਿੰਗ ਦਾ ਵੀ ਰੈਡੀ ਕਰ ਰਹੇ ਹਾਂ ਸੂਟਸ। ਸੋ ਸੇਮ ਪ੍ਰੋਸੀਜਰ ਹੈ ਜੀ ਆਪਣਾ। 7589231377 'ਤੇ ਸਕਰੀਨਸ਼ੋਟ ਭੇਜ ਕੇ ਪ੍ਰਾਈਸ ਜਾਣ ਕੇ ਤੁਸੀਂ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ। ਕਾਲਸ ਆ ਜੀ, ਅਗਰ ਤੁਸੀਂ ਫਾਈਨਲ ਮੂਡ ਹੈਗਾ ਤੁਹਾਡਾ ਵੀ ਤੁਸੀਂ ਇਹ ਸੂਟ ਬਣਾਉਣੇ ਆ, ਤਾਂ ਪਲੀਜ਼ ਫਾਈਨਲ ਇੱਕ ਵਾਰੀ ਤੁਸੀਂ ਸਾਰਾ ਫਾਈਨਲ 2-3 ਦਿਨ ਸੋਚ ਲਿਆ ਕਰੋ ਕਿ ਕਿਹੜੇ ਸਟੱਫ 'ਤੇ ਕਿਵੇਂ ਹੈ। ਜਾਂ ਤੁਸੀਂ ਸਾਡੇ ਨਾਲ ਕੋਈ ਵੀ ਸੂਟ ਬਾਰੇ ਡਿਟੇਲ ਦੇ ਵਿੱਚ ਜਾਣਨਾ ਹੈਗਾ ਤਾਂ ਤੁਸੀਂ ਫੋਨ ਕਰਕੇ ਫਾਈਨਲ ਕਰ ਸਕਦੇ ਹੋ। ਕਈ ਵਾਰ ਕੀ ਹੁੰਦਾ ਕਿ ਇੱਕ ਵਾਰ ਤੁਸੀਂ ਆਰਡਰ ਦੇ ਦਿੰਦੇ ਹੋ, ਅਸੀਂ ਸੂਟ ਸਟਾਰਟ ਕਰ ਦਿੰਦੇ ਹਾਂ, ਕਿਉਂਕਿ ਇਸ ਵਾਰ ਅਸੀਂ ਟਾਈਮ ਟੂ ਟਾਈਮ ਸਾਰੇ ਆਰਡਰਸ ਦੇ ਰਹੇ ਹਾਂ। ਸੋ ਅਸੀਂ ਸਟਾਰਟ ਕਰ ਦਿੰਦੇ ਹਾਂ ਤਾਂ ਸਾਰੇ ਜਿਹੜੇ ਹੈਗੇ ਬਾਅਦ 'ਚ 3 ਜਾਂ 4 ਦਿਨ ਦੇ ਬਾਅਦ ਉਹਨਾਂ ਦਾ ਮਾਇੰਡ ਹੈ ਜਿਹੜਾ ਚੇਂਜ ਹੋ ਜਾਂਦਾ ਹੈ। ਫਿਰ ਸਰ ਰਿਕੁਐਸਟ ਕਰਦੇ ਆ ਕਿ ਤੁਸੀਂ ਸਾਨੂੰ ਇਹਦੇ ਦੂਸਰੇ ਕਲਰ 'ਤੇ ਬਣਾ ਦਿਉ, ਆਲਰੇਡੀ ਇਹ ਸਾਡੇ ਕੋਲ ਹੈਗਾ। ਸੋ ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਪਲੀਜ਼ ਪਹਿਲਾਂ ਫਾਈਨਲ ਕਰ ਲਿਆ ਕਰੋ ਆਰਡਰ, ਚਾਹੇ ਆਪਣਾ ਨੋਟ ਕਰ ਲਿਆ ਕਰੋ ਕਿ ਇੰਨੇ ਸੂਟ ਆ ਸਾਨੂੰ ਇਹ ਡਿਜ਼ਾਈਨ ਹੈ, ਅਤੇ ਇਹ ਅਸੀਂ ਬੋਟਮ ਦੇ ਵਿੱਚ ਕੀ ਬਣਾਉਣਾ ਹੈਗਾ, ਦੁਪੱਟਾ ਕਿਹੜੇ ਸਟੱਫ ਦਾ ਕਰਨਾ, ਸੂਟ ਕਿਹੜੇ ਸਟੱਫ ਦਾ ਕਰਨਾ। ਸੋ ਇਹ ਨੋਟ ਕਰ ਲਿਆ ਕਰੋ ਤਾਂ ਕਿ ਤੁਹਾਡੀ ਵੀ ਕੋਲ ਵੀ ਟਾਈਮਿੰਗ ਦੀ ਬਹੁਤ ਸ਼ੋਰਟੇਜ ਹੁੰਦੀ ਹੈ, ਔਰ ਇਹਦੇ ਨਾਲ ਜਿਹੜਾ ਸਮਝ ਆ ਜਿਹੜਾ ਜਲਦੀ ਆ ਜਾਂਦਾ। ਸੋ ਤੁਸੀਂ ਨਾਲ ਦੀ ਨਾਲ ਸਾਨੂੰ ਆਪਣਾ ਆਰਡਰ ਆ ਜਿਹੜਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਲਿਖਵਾ ਸਕਦੇ ਹੋ। ਬਹੁਤ ਸਾਰੇ ਕਸਟਮਰ ਇਸ ਤਰ੍ਹਾਂ ਹੀ ਕਰਦੇ ਹੈਗੇ ਜੀ, ਸਕਰੀਨਸ਼ੋਟ ਭੇਜ ਕੇ ਉਹਨਾਂ ਦੇ ਨੀਚੇ ਜਿਹੜਾ ਲਿਖ ਦਿੰਦੇ ਆ ਕਿ ਸਾਨੂੰ ਇਹ ਇਸ ਤਰ੍ਹਾਂ ਚਾਹੀਦਾ ਹੈਗਾ। ਸੋ ਅਗਰ ਸਾਨੂੰ ਕੁਛ ਨਹੀਂ ਸਮਝ ਆਉਂਦਾ ਤਾਂ ਅਸੀਂ ਦੁਬਾਰਾ ਮੈਸੇਜਸ ਕਰ ਲੈਂਦੇ ਹਾਂ। ਸੋ ਇਹ ਹੈਗਾ ਜੀ ਬਹੁਤ ਹੀ ਪਿਆਰਾ ਮਸ਼ੀਨ ਵਿਦ ਹੈਂਡ ਵਿਦ ਆਰੀ ਐਮਬਰਾਇਡਰੀ ਦੇ ਸੂਟਸ ਹੈਗੇ ਆ। ਇਹਦੇ ਵਿੱਚ ਅਸੀਂ 2-3 ਜਿਹੜੇ ਡਿਫਰੈਂਟ ਤਰ੍ਹਾਂ ਦਾ ਜਿਹੜਾ ਵਰਕ ਕੀਤਾ ਹੋਇਆ। ਸੋ ਇਹ ਦੇਖੋ, ਪਹਿਲਾਂ ਅਸੀਂ ਆਰੀ ਨਾਲ ਇਹਨੂੰ ਫਿਨਿਸ਼ ਬਾਰਡਰ ਬਣਾਇਆ ਹੋਇਆ, ਫਿਰ ਇਹਦੇ ਵਿੱਚ ਹੈਂਡ ਦੀ ਜਿਹੜਾ ਇਹ ਦੇਖੋ ਹੈਂਡ ਨਾਲ ਅਸੀਂ ਇਹਨੂੰ ਫਿਲ ਕੀਤਾ ਹੋਇਆ। ਸੋ ਇਹਦੀ ਜਿਹੜੀ ਗ੍ਰੇਸ ਹੈਗੀ ਆ ਹੈਂਡ ਦੇ ਨਾਲ ਬਹੁਤ ਹੀ ਡਿਫਰੈਂਟ ਔਰ ਪਾਰਟੀ ਵੀਅਰ ਆਉਂਦੀ ਹੈ। ਉੱਪਰ ਇਸੇ ਤਰ੍ਹਾਂ ਮਸ਼ੀਨ ਐਮਬਰਾਇਡਰੀ ਦੇ ਕਲਰ ਆ, ਬਹੁਤ ਹੀ ਸੋਬਰ ਕਲਰ ਲਾਏ ਹੋਏ ਆ ਅਸੀਂ, ਔਰ ਬਹੁਤ ਹੀ ਸੋਬਰ ਜੇ ਸ਼ੇਡ ਦੇ ਵਿੱਚ ਆ ਦੇਖੋ ਡਿਫਰੈਂਟ ਤਰ੍ਹਾਂ ਦੇ ਫਲਾਰ ਹੈਗੇ ਆ। ਸੋ ਸਾਰੇ ਜਿਹੜੇ ਫਲਾਰ ਹੈਗੇ ਆ ਸਾਰਿਆਂ ਨੂੰ ਅਸੀਂ ਆਊਟਲਾਈਨ ਕੀਤਾ ਹੋਇਆ। ਸੋ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਕਿਉਂਕਿ ਜਿਹੜੀ ਰੇਂਜ ਹੈਗੀ ਉਹਦੇ ਇਸੇ ਨਾਲ ਹੀ ਉਸਦਾ ਜਿਹੜਾ ਫਰਕ ਆ ਪੈ ਜਾਂਦਾ, ਕਿਉਂਕਿ ਹਰ ਇੱਕ ਫਲਾਰ ਦੇ ਵਿੱਚ ਜਿੰਨਾ ਮਸ਼ੀਨ ਐਮਬਰਾਇਡਰੀ ਦਾ ਕੰਮ ਹੋਇਆ ਹੋਇਆ ਉਨਾ ਹੀ ਹੈਂਡ ਦਾ ਹੋਇਆ ਹੋਇਆ ਔਰ ਆਰੀ ਦਾ ਹੋਇਆ ਹੋਇਆ। ਬਹੁਤ ਹੀ ਪਿਆਰਾ ਸ਼ੇਡ ਹੈ, ਗ੍ਰੀਨਿਸ਼ ਮਿੰਟ ਗ੍ਰੀਨਿਸ਼ ਸ਼ੇਡ ਹੈਗਾ। ਸੋ ਬਹੁਤ ਹੀ ਪਿਆਰਾ ਜਿਹਾ ਕਰੀਪ ਦੇ ਵਿੱਚ ਹੈ ਜੀ, ਫਾਈਨ ਵਾਲੀ ਕਰੀਪ ਹੈਗੀ ਹੈ, ਉੱਪਰ ਤੱਕ ਬੂਟੀ ਹੈ ਔਰ ਸਿੱਪੀ ਦਾ ਕੰਮ ਹੋਇਆ ਹੋਇਆ। ਸੋ ਇਹ ਜਦੋਂ ਤੁਸੀਂ ਸਟਿਚ ਕਰੋਗੇ ਤਾਂ ਇਹ ਬਹੁਤ ਹੀ ਪਿਆਰੀ ਇਹਦੀ ਲੁੱਕ ਆਉਣੀ ਹੈ, ਕਿਉਂਕਿ ਇਹਦੇ ਨਾਲ ਦੁਪੱਟਾ ਵੀ ਆਲਰੇਡੀ ਕਾਫੀ ਹੈਵੀ ਹੈਗਾ। ਸੋ ਬਾਜੂ ਦਾ ਕੰਮ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ, ਬਾਜੂ 'ਤੇ ਵੀ ਇਹ ਦੇਖੋ ਜੀ। ਅਗਰ ਤੁਸੀਂ ਇਹਦੇ ਨਾਲ ਹੋਰ ਕਲਰ ਦੇ ਵਿੱਚ ਆਰਡਰ ਕਰਦੇ ਹੋ ਤਾਂ ਸਾਰੇ ਕਹਿੰਦੇ ਕਿ ਬਾਜੂ ਨਹੀਂ ਦਿਖਾਇਆ, ਕਈ ਵਾਰ ਇਹ ਸਾਡੇ ਤੋਂ ਵੀ ਦਿਖਾਉਣ ਲੱਗਿਆ ਸਕਿੱਪ ਹੋ ਜਾਂਦਾ। ਸੋ ਬਾਜੂ ਲਈ ਸਾਡੇ ਹਰ ਇੱਕ ਸੂਟ ਲਈ ਬਾਜੂ ਲਈ ਅਲੱਗ ਡਰੇਸ ਹੁੰਦੀ ਹੈ ਜੀ, ਵੀ ਇਹ ਘੇਰੇ ਦਾ ਡਿਜ਼ਾਇਨ ਹੈ ਬਾਜੂ ਦਾ। ਸੋ ਅਸੀਂ ਸੇਮ ਹੀ ਸਾਰੇ ਸੂਟ ਬਣਾਉਂਦੇ ਹਾਂ, ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਹਰ ਇੱਕ ਲਈ ਸਾਨੂੰ ਅਲੱਗ ਡਰੇਸ ਬਣਾਉਣੀ ਪਵੇ। ਇਹ ਸੀਗਾ ਜੀ ਸੂਟ, ਔਰ ਇਹਦੇ ਨਾਲ ਦੁਪੱਟਾ ਤੁਹਾਨੂੰ ਦਿਖਾਉਂਦੇ ਹਾਂ, ਬਹੁਤ ਹੀ ਪਿਆਰਾ ਦੁਪੱਟਾ, 4 ਸਾਈਡ ਜਿਹੜਾ ਔਰਗੈਂਜ਼ਾ ਦਾ ਦੁਪੱਟਾ, 4 ਸਾਈਡ ਇਸ ਤਰ੍ਹਾਂ ਕੱਟ ਵਰਕ ਹੈ, ਵਿੱਚ ਅਸੀਂ ਇਸ ਤਰ੍ਹਾਂ ਸਿੱਪੀ ਔਰ ਮੋਤੀ ਲਗਾਇਆ ਹੋਇਆ। ਸੋ ਇਸ ਸੂਟ ਦੇ ਵਿੱਚ ਆ ਜਿਹੜਾ ਦੋਨਾਂ ਦੇ ਵਿੱਚ ਕਾਫੀ ਹੈਂਡ ਵਰਕ ਹੋਇਆ ਹੋਇਆ ਜੀ। ਸੋ ਹੈਂਡ ਵਰਕ ਨਾਲ ਥੋੜ੍ਹਾ ਪਾਰਟੀ ਵੀਅਰ ਵੀ ਹੋ ਜਾਂਦਾ ਔਰ ਥੋੜ੍ਹੀ ਗ੍ਰੇਸ ਵੀ ਆ ਜਾਂਦੀ ਇਹਦੇ 'ਚ। ਸੋ ਇਹਦਾ ਨੈਕਸਟ ਸ਼ੇਡ ਹੈਗਾ ਜੀ ਆਪਣੇ ਕੋਲ ਫਰੋਜ਼ੀ ਟੋਨ ਦੇ ਵਿੱਚ, ਫਰੋਜ਼ੀ ਗ੍ਰੀਨਿਸ਼ ਸ਼ੇਡ ਜਿਹਾ ਹੈਗਾ ਇਹ। ਸੋ ਇਹਨੂੰ ਤੁਸੀਂ ਇਹ ਦੇਖੋ ਜੀ, ਬਹੁਤ ਹੀ ਪਿਆਰਾ ਗ੍ਰੀਨਿਸ਼ ਜਿਹਾ ਟੋਨ ਹੈ, ਫਰੋਜ਼ੀ ਦੇ ਡਲ ਦੇ ਵਿੱਚ ਆ ਜਾਂਦਾ, ਫਰੋਜ਼ੀ ਗ੍ਰੀਨ ਜਿਹੜਾ ਸ਼ੇਡ ਹੁੰਦਾ। ਸੋ ਇਹਦੇ ਵੀ ਬਹੁਤ ਹੀ ਪਿਆਰਾ ਅਸੀਂ ਕਲਰ ਕੰਬੀਨੇਸ਼ਨ ਲਾ ਕੇ ਨੀਚੇ ਆਰੀ ਦਾ ਕੰਮ ਹੈ, ਫਿਰ ਅਸੀਂ
ਇਸ ਤਰ੍ਹਾਂ ਡਿਫਰੈਂਟ ਤਰ੍ਹਾਂ ਦੀ ਐਮਬਰਾਇਡਰੀ ਹੈ ਜਿਹੜੀ ਸੂਟ 'ਤੇ ਕੀਤੀ ਹੋਈ ਹੈ। ਸੋ ਉੱਪਰ ਤੱਕ ਇਹਦੇ ਬੂਟੀ ਹੈ, ਸਿੱਪੀ ਦਾ ਕੰਮ ਹੋਇਆ ਹੋਇਆ। ਸੋ ਇਹਦੀ ਗਰੇਸ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਪਿਆਰੀ ਗਰੇਸ ਹੈ। ਔਰ ਜਦੋਂ ਤੁਸੀਂ ਇਹਨੂੰ ਸਟਿਚ ਕਰਾਉਂਗੇ ਤਾਂ ਇਹ ਬਹੁਤ ਹੀ ਹੈਵੀ ਲੁੱਕ ਹੈ ਜਿਹੜੀ। ਸੋ ਇਸੇ ਤਰ੍ਹਾਂ ਜੀ ਇਹ 4 ਸਾਈਡਡ ਹੈ ਜਿਹੜਾ ਦੁਪੱਟਾ ਹੈ, ਆਰੀ ਦਾ ਕੰਮ ਹੋਇਆ ਹੋਇਆ, ਵਿੱਚ ਹੈਂਡ ਦਾ ਕੰਮ ਹੋਇਆ ਹੋਇਆ। ਸੋ ਇਹ 2 ਸੂਟ ਆ ਜਿਹੜੇ ਆਪਣੇ ਕੋਲ ਕੰਪਲੀਟ ਹੈਗੇ ਆ। ਐਨੀ ਸਾਈਜ਼ਸ ਦੇ ਤੁਸੀਂ ਜਿਹੜਾ ਲੈ ਸਕਦੇ ਹੋ, ਕਿਉਂਕਿ ਅਸੀਂ ਜਿਹੜਾ ਵਿਦਆਊਟ ਆਰਡਰ ਦੇ ਹੁੰਦੇ ਆ ਉਹ ਅਸੀਂ ਖੁੱਲ੍ਹਾ ਘੇਰਾ 24-25 ਘੇਰਾ ਬਣ ਜਾਂਦਾ ਹੈ ਵਿਦਆਊਟ ਲੈਂਥ 'ਤੇ ਬਣਾਉਂਦੇ ਹਾਂ। ਸੋ ਇਹ ਫ੍ਰੀ ਆਫ ਲੈਂਥ ਦੇ ਹੁੰਦੇ ਆ, ਤੁਸੀਂ ਕੋਈ ਵੀ ਹੈ ਜਿਹੜਾ ਇਹਨੂੰ ਲੈ ਸਕਦੇ ਹੋ। ਸੋ ਨੈਕਸਟ ਹੈਗਾ ਜੀ ਬਾਲਾ ਦਾ, ਇਹ ਵੀ ਬਹੁਤ ਹੀ ਪਿਆਰਾ ਪਰਪਲ ਸ਼ੇਡ 'ਤੇ ਬਣਿਆ ਹੋਇਆ। ਸੋ ਇਹ ਦੇਖੋ ਜੀ ਬਾਲਾ ਵਰਕ ਦਾ, ਉੱਪਰ ਤੱਕ ਇਹਦੇ ਜਿਹੜੇ ਵਰਕ ਹੋਇਆ ਹੋਇਆ, ਨਾਲ ਦੇ ਥਰੈਡ ਦਾ ਵਰਕ ਕੀਤਾ ਹੋਇਆ, ਔਰ ਇਹਦੇ ਨਾਲ ਅਸੀਂ ਦੁਪੱਟਾ ਇਸ ਤਰ੍ਹਾਂ ਚਨੌਨ ਦਾ ਲਾਇਆ ਹੋਇਆ। ਸੋ ਇਹ ਸੀ ਕੁਛ ਡਿਜ਼ਾਈਨ ਜੀ, ਤੁਸੀਂ ਇਹਨਾਂ ਨੂੰ ਸੇਮ ਔਰਡਰ ਕਰ ਸਕਦੇ ਹੋ, ਆਪਣੇ ਕਲਰ ਕੰਬੀਨੇਸ਼ਨ 'ਤੇ ਵੀ ਬਣਾ ਸਕਦੇ ਹੋ ਕਿਸੇ ਵੀ ਸ਼ੇਡ 'ਤੇ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਹੈ ਜਿਹੜੀ ਲੈ ਕੇ ਆਉਂਦੇ ਰਹਾਂਗੇ। ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।